असी तो बर्बाद हो गए, साढ़े को तो बचे ही कख नहीं जी, असी तुम सामभ सकी। असी छब्बी इन्ना खुश सी साडा भतीजा भी मैं कनेडा चलिया स्टडी पे, तो मैं उत्थे जाके सैट होवांगा, उरे ना काम है ना कार है, मैं चाचू कितने नौकरी करदा, मैं सिर्फ 10,000 तो उत्ते नौकरी नहीं मिलती, मैं उरे नहीं रहना, उरे मेरा कुछ नहीं बनता। सारा कुछ उन्हें दिखाया वीडियो कॉलिंग करके भी, मम्मा मैं पहुँच गया, मैं हूँ बैठा सोन लग्या, तो मैं जहाज भी नहीं सुता, मैं नींद नहीं आ रही। मम्मा कहते चल तू सोन की कोशिश कर, तू सो जाएगा नींद आ जाएगी। सवेरे उठ के सिम लैन गया, सिम नंबर लैन गया, उत्थे लैन चल गया, 2.5-3 घंटे लंबी लैन सी, खड़ा खड़ा अचानक ही उत्थों गिर गया। उस तो बाद उन्होंने डैथ होगी, उस तो बाद मोबाइल तो उन्होंने नंबर कटे, मम्मा का नंबर लिखा, उसने नाल ही मम्मा ने फोन किया, इवें तुम हाँ रसीत सिंह के मदर बोल रहे हो, कहें हाँ, उन्होंने दस भी रसीत सिंह की डैथ हो गई। वो यकीन ही ना हो, मन ही नहीं, कहते हो नहीं सकता, ये नहीं हो सकता, ये पढ़ा सा डर। ਔਨ ਏਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਪਰਵਿੰਦਰ ਸਿੰਘ ਚੱਡਾ। ਪਟਿਆਲਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜੀ। 25 ਸਾਲਾਂ ਦਾ ਆਸ਼ੀਸ਼ ਗਿਆ ਸੀਗਾ ਕੈਨੇਡਾ ਦੀ ਧਰਤੀ ਦੇ ਉੱਤੇ ਰੁਜ਼ਗਾਰ ਦੇ ਲਈ, ਪੜ੍ਹਨ ਦੇ ਲਈ ਕਿ ਆਪਣਾ ਭਵਿੱਖ ਸਵਾਰ ਸਕੇ। ਪਰ 2 ਦਿਨਾਂ ਬਾਅਦ ਹੀ ਖਬਰ ਆਉਂਦੀ ਹੈ ਕਿ ਆਸ਼ੀਸ਼ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਜੀ। ਬਿਲਕੁਲ ਉਹਨਾਂ ਦੇ ਘਰ ਦੇ ਬਾਹਰ ਹੀ ਮੌਜੂਦ ਹਾਂ। ਜਿਹੜੀ ਮੇਰੇ ਤੁਸੀਂ ਪਿਛਲੇ ਵਾਲੀ ਤਸਵੀਰ ਦੇਖ ਰਹੇ ਹੋ, ਇਹ ਉਸ ਬਿੰਦਰਾ ਘਰ ਦੀ ਹੈ ਜਿਸ ਪਰਿਵਾਰ ਦੇ ਨਾਲ ਇਹ ਵੱਡਾ ਭਾਣਾ ਵਾਪਰਿਆ, ਜਾਂ ਕਹਿ ਲਈਏ ਕਿ ਵੱਡਾ ਦੁਖਾਂਤ ਵਾਪਰਿਆ ਇਸ ਪਰਿਵਾਰ ਦੇ ਨਾਲ। ਕਿਉਂਕਿ 26 ਤਰੀਕ ਨੂੰ ਜਿਹੜਾ ਇਹਨਾਂ ਦਾ ਬੇਟਾ 25 ਸਾਲਾਂ ਉਹ ਕਹਿ ਲਈਏ ਵੀ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਲਈ ਰਵਾਨਾ ਹੁੰਦਾ, ਔਰ ਜਿਸ ਤਰ੍ਹਾਂ ਹੀ ਉਹ ਬ੍ਰੈਂਪਟਨ ਦੀ ਧਰਤੀ ਦੇ ਉੱਤੇ ਪਹੁੰਚਦਾ ਹੈ ਤਾਂ ਅਗਲੇ ਆਪਣੀ ਉੱਥੇ ਫਿਊਚਰ ਕਹਿ ਲਈਏ ਆਪਣੀ ਅਗਲੀ ਪੜ੍ਹਾਈ ਦੇ ਲਈ, ਤਾਂ ਜਦੋਂ ਉੱਥੇ ਜਾਂਦਾ ਹੈ ਤਾਂ ਉਹ ਆਪਣਾ ਇੱਕ ਸ਼ੁਰੂਆਤ ਕਰਨ ਦੇ ਲਈ, ਕਹਿੰਦੇ ਹੈ ਨਾ ਵੀ ਸ਼ੁਰੂਆਤ, ਜਿਵੇਂ ਆਪਣੇ ਉਰੇ ਆਧਾਰ ਕਾਰਡ ਵਗੈਰਾ ਜਾਂ ਹੋਰ ਕੁਛ ਬਣਦਾ, ਤਾਂ ਉਸ ਤਰ੍ਹਾਂ ਦਾ ਇੱਕ ਕਾਰਡ ਬਣਾਉਣ ਦੇ ਲਈ ਲਾਈਨ ਦੇ ਵਿੱਚ ਖੜਦਾ, ਔਰ ਉਸ ਤੋਂ ਬਾਅਦ ਉਸ ਲਾਈਨ ਦੇ ਵਿੱਚ ਖੜ੍ਹੇ ਖੜ੍ਹੇ ਉਸ ਨੌਜਵਾਨ ਨੂੰ ਹਾਰਟ ਅਟੈਕ ਆ ਜਾਂਦਾ। ਔਰ ਤੁਸੀਂ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਖਬਰਾਂ ਦੇ ਵਿੱਚ ਦੇਖ ਰਹੇ ਹੋ ਕਿ ਸਭ ਤੋਂ ਜ਼ਿਆਦਾ ਜਿਹੜੇ ਹਾਰਟ ਅਟੈਕ ਦੀਆਂ ਘਟਨਾਵਾਂ ਨੇ ਉਹ ਕੈਨੇਡਾ, ਆਸਟ੍ਰੇਲੀਆ ਵਰਗੇ ਵੱਡੇ ਮੁਲਕਾਂ ਦੇ ਵਿੱਚ ਹੋ ਰਹੀਆਂ ਨੇ। ਕਿਉਂ ਹੋ ਰਹੀਆਂ ਨੇ ਅਜਿਹੀਆਂ ਘਟਨਾਵਾਂ? ਕਿ ਬਾਹਰ ਜਾਣ ਵਾਲੇ ਨੌਜਵਾਨ ਜਿਹੜੇ ਉੱਥੇ ਜਾਂਦੇ ਨੇ, ਕੀ ਪੜ੍ਹਾਈ ਦੇ ਨਾਲ ਵਰਕ ਦਾ ਇੰਨਾ ਜ਼ਿਆਦਾ ਲੋਡ ਹੁੰਦਾ ਕਿ ਉਹਨਾਂ ਦੀ ਨੀਂਦ ਨਹੀਂ ਪੂਰੀ ਹੁੰਦੀ, ਜਾਂ ਕੋਈ ਹੋਰ ਤਰ੍ਹਾਂ ਦੇ ਅਜਿਹੇ ਕਾਰਨ ਬਣਦੇ ਜਾ ਰਹੇ ਨੇ ਕਿ ਜਿਹੜੀ ਛੋਟੀ ਉਮਰਾਂ ਦੇ ਵਿੱਚ 25 ਸਾਲ ਦੀ ਉਮਰ ਕੀ ਉਮਰ ਹੁੰਦੀ ਹੈ, ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਪੰਜਾਬ ਤੋਂ ਜਿਹੜੇ ਬਾਹਰ ਨੌਜਵਾਨ ਜਿਹੜੇ ਪੜ੍ਹਾਈ ਦੇ ਲਈ ਜਾ ਰਹੇ ਨੇ ਤਾਂ ਉਹਨਾਂ ਨੂੰ ਅਟੈਕ ਆ ਰਹੇ ਨੇ। ਤਾਂ ਤਸਵੀਰ ਤੁਸੀਂ ਦੇਖੋ ਇਸ ਬਿੰਦਰਾ ਹਾਊਸ ਦੀਆਂ, ਕਿਉਂਕਿ ਦੱਸਿਆ ਗਿਆ ਇਹਨਾਂ ਦੇ ਪਰਿਵਾਰ ਵੱਲੋਂ ਕਿ ਸਿਰਫ ਮਹਿਜ਼ 2.5 ਸਾਲ ਪਹਿਲਾਂ ਇਹਨਾਂ ਦੇ ਆਸ਼ੀਸ਼ ਦੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ, ਔਰ ਉਸ ਤੋਂ ਬਾਅਦ ਇਕੱਲਾ ਸਹਾਰਾ ਰਹਿ ਜਾਂਦਾ ਹੈ ਨੌਜਵਾਨ, ਜਿਸ ਨੂੰ ਕਿ ਉਸਦੀ ਮਾਂ ਗਹਿਣੇ ਵੇਚ ਕੇ ਔਰ ਕਾਫੀ ਮਿਹਨਤ ਮੁਸ਼ੱਕਤ ਦੇ ਕਰਕੇ ਕੈਨੇਡਾ ਦੀ ਧਰਤੀ 'ਤੇ ਪਹੁੰਚਾਉਂਦੀ ਹੈ ਕਿ ਇਹ ਨੌਜਵਾਨ ਪੜ੍ਹ ਲਿਖ ਕੇ ਆਪਣੀ ਅੱਗੇ ਦੀ ਜਿਹੜੀ ਜ਼ਿੰਦਗੀ ਹੈ ਉਹ ਸੁਖਾਵੀ ਕਰ ਸਕੇ। ਪਰ 26 ਤਰੀਕ ਰਾਤ ਨੂੰ ਉਹ ਪਹੁੰਚ ਜਾਂਦਾ, ਔਰ ਅਗਲੇ ਦਿਨ ਹੀ ਸੁਨੇਹਾ ਆ ਜਾਂਦਾ 2 ਦਿਨਾਂ ਬਾਅਦ ਕਿ ਉਹ ਨੌਜਵਾਨ ਇਸ ਦੁਨਿਆਵੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਵੀ ਕਿਸ ਤਰ੍ਹਾਂ ਇਹ ਸਾਰਾ ਕੁਝ ਵਾਪਰਿਆ ਔਰ ਹੁਣ ਉਹ ਕਿਸ ਤਰ੍ਹਾਂ ਦਾ ਜਿਹੜੀ ਮੰਗ ਕਰਦੇ ਨੇ। ਤਾਂ ਉਹਨਾਂ ਦੇ ਚਾਚਾ ਜੀ ਨਾਲ ਗੱਲਬਾਤ ਕਰਾਂਗੇ। ਬਿੰਦਰਾ ਸਾਹਿਬ ਦੱਸਿਆ ਜਾ ਰਿਹਾ ਕਿ ਇਕੱਲਾ ਪੁੱਤ ਸੀ ਮਾਪਿਆਂ ਦਾ, 26 ਤਰੀਕ ਨੂੰ ਜਾਂਦਾ ਔਰ 28 ਤਰੀਕ ਨੂੰ ਇਹ ਭਾਣਾ ਵਰਤ ਜਾਂਦਾ। ਸਾਡੇ ਪਰਿਵਾਰ 'ਤੇ ਤਾਂ ਬਹੁਤ ਹੀ ਕਹਿਰ ਟੁੱਟ ਗਿਆ, ਬਹੁਤ ਹੀ ਅਸੀਂ ਮਤਲਬ ਸਦਮੇ 'ਚ ਹਾਂ। ਮੇਰਾ 2.5 ਸਾਲ ਪਹਿਲਾਂ ਬ੍ਰਦਰ ਚਲਾ ਗਿਆ, ਮੇਰੇ
ਭਾਬੀ ਜੀ ਤੇ ਮੇਰੇ ਇਕੱਲੇ ਭਤੀਜਾ ਸੀ ਤੇ ਰਹਿ ਰਹੇ ਸੀ। ਹੁਣ ਸਾਡਾ ਭਤੀਜਾ ਵੀ ਤੁਰ ਗਿਆ, ਸਾਡੇ ਭਾਬੀ ਜੀ ਇਕੱਲੇ ਰਹਿ ਗਏ, ਸਾਡਾ ਤਾਂ ਘਰ ਹੀ ਉੱਜੜ ਗਿਆ, ਅਸੀਂ ਤਾਂ ਬਰਬਾਦ ਹੋ ਗਏ, ਸਾਡੇ ਕੋਲ ਤਾਂ ਬੱਚੇ ਹੀ ਕੱਖ ਨਹੀਂ ਜੀ, ਅਸੀਂ ਤੁਹਾਨੂੰ ਸਾਂਭ ਸਕੀਏ। ਅਸੀਂ ਛੱਬੀ ਇੰਨਾ ਖੁਸ਼ ਸੀ ਸਾਡਾ ਭਤੀਜਾ ਵੀ ਮੈਂ ਕੈਨੇਡਾ ਚੱਲਿਆ ਸਟੱਡੀ ਵਿੱਚ, ਅਤੇ ਮੈਂ ਉੱਥੇ ਜਾ ਕੇ ਸੈੱਟ ਹੋਵਾਂਗਾ, ਉਰੇ ਨਾ ਕੰਮ ਹੈ ਨਾ ਕਾਰ ਹੈ, ਮੈਂ ਚਾਚੂ ਕਿੱਥੇ ਨੌਕਰੀ ਕਰਦਾ, ਮੈਨੂੰ ਸਿਰਫ 10,000 ਦੇ ਉੱਤੇ ਨੌਕਰੀ ਨਹੀਂ ਮਿਲਦੀ, ਮੈਂ ਉਰੇ ਨਹੀਂ ਰਹਿਣਾ, ਉਰੇ ਮੇਰਾ ਕੁਛ ਨਹੀਂ ਬਣਦਾ, ਨੌਕਰੀ ਮਿਲਦੀ ਉਰੇ ਬਾਹਰ ਕਿਉਂ ਜਾਂਦਾ। ਇਸ ਲਈ ਉਹ ਫਿਰ ਸਟੱਡੀ ਵਿੱਚ 26 ਦਸੰਬਰ ਨੂੰ ਗਿਆ, ਉੱਥੇ ਪਹੁੰਚੀ ਹੈ, ਆਪਣਾ ਸਾਰਾ ਘਰ ਦਿਖਾਇਆ, ਕੱਪੜ ਦਿਖਾਇਆ, ਮੈਂ ਮੰਮਾ ਮੈਂ ਸਿਰਫ ਮੇਰੇ ਸਾਹਮਣੇ ਗੁਰਦੁਆਰਾ ਸਾਹਿਬ ਹੈ, ਮੈਂ ਬਿਲਕੁਲ ਸਹੀ ਹਾਂ, ਉਰੇ ਬਹੁਤ ਖੁਸ਼ ਹਾਂ ਮੈਂ, ਸਾਰਾ ਕੁਝ ਉਹਨੇ ਦਿਖਾਇਆ ਵੀਡੀਓ ਕਾਲਿੰਗ ਕਰਕੇ ਵੀ ਮੰਮਾ ਮੈਂ ਪਹੁੰਚ ਗਿਆ, ਮੈਂ ਹੁਣ ਬੈਠਾ ਸੌਣ ਲੱਗਿਆ, ਅਤੇ ਮੈਂ ਜਹਾਜ ਵੀ ਨਹੀਂ ਸੁੱਤਾ, ਮੈਨੂੰ ਨੀਂਦ ਨਹੀਂ ਆ ਰਹੀ, ਮੰਮਾ ਕਹਿੰਦੇ ਚੱਲ ਤੂੰ ਸੌਣ ਦੀ ਕੋਸ਼ਿਸ਼ ਕਰ, ਤੂੰ ਸੋ ਜਾਏਗਾ ਨੀਂਦ ਆ ਜਾਏਗੀ। ਸਵੇਰੇ ਉੱਠ ਕੇ ਸਿਮ ਲੈਣ ਗਿਆ, ਸਿਮ ਨੰਬਰ ਲੈਣ ਗਿਆ, ਉੱਥੇ ਲੈਣ 'ਚ ਲੱਗਿਆ 2.5-3 ਘੰਟੇ ਲੰਬੀ ਲੈਣ ਸੀ, ਖੜਾ ਖੜਾ ਅਚਾਨਕ ਹੀ ਉੱਥੋਂ ਗਿਰ ਗਿਆ, ਫਿਰ ਉੱਥੋਂ ਦੀ ਉਹਨਾਂ ਨੇ ਐਂਬੂਲੈਂਸ ਬੁਲਾਈ, ਐਂਬੂਲੈਂਸ ਹੋਸਪਿਟਲ ਗਿਆ, ਉਹਨੂੰ ਲੈ ਗਏ ਹੋਸਪਿਟਲ ਤੋਂ, ਡਾਕਟਰ ਮੈਡੀਕਲ ਦਿੱਤਾ ਉਹਨਾਂ ਨੇ ਜੋ ਟ੍ਰੀਟਮੈਂਟ ਦੇਣੀ ਸੀ ਉਹਨਾਂ ਨੂੰ, ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਉਹ ਮੋਬਾਈਲ ਤੋਂ ਉਹਨਾਂ ਨੰਬਰ ਕੱਢੇ, ਮੰਮਾ ਦਾ ਨੰਬਰ ਲਿਖਿਆ, ਉਹਦੇ ਨਾਲ ਹੀ ਮੰਮਾ ਨੂੰ ਫੋਨ ਕੀਤਾ, ਜਿਵੇਂ ਤੁਸੀਂ ਹਰਸੀਤ ਸਿੰਘ ਦੇ ਮਦਰ ਬੋਲ ਰਹੇ ਹੋ, ਕਹਿੰਦੇ ਹਾਂ, ਉਹਨਾਂ ਦੱਸਿਆ ਵੀ ਹਰਸੀਤ ਸਿੰਘ ਦੀ ਡੈਥ ਹੋ ਗਈ, ਉਹ ਯਕੀਨ ਹੀ ਨਾ ਹੋਵੇ, ਮੰਨਦੀ ਨਹੀਂ ਸੀ, ਕਹਿੰਦੇ ਇਹ ਹੋ ਹੀ ਨਹੀਂ ਸਕਦਾ, ਇਹ ਨਹੀਂ ਹੋ ਸਕਦਾ, ਇਹ ਪੜਾ ਸਾਡੇ ਸਰਕਾਰ ਤੋਂ ਕੀ ਮੰਗ ਕਰਦੇ, ਕਿਉਂਕਿ ਜਿਵੇਂ ਉਹਨਾਂ ਦੇ ਮਦਰ ਇਕੱਲੇ ਨੇ, ਇਕੱਲਾ ਸੀਗਾ, ਉਹ ਨੌਜਵਾਨ ਹੀ ਸੀਗਾ ਜਿਹੜਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦਾ ਸੀਗਾ, ਇਸ ਤੋਂ ਬਾਅਦ ਤਾਂ ਹੁਣ ਕਿਉਂਕਿ ਡੈੱਡ ਬੋਡੀ ਲਿਆਉਣ ਦੇ ਲਈ ਕਾਫੀ ਫਾਰਮੈਲਿਟੀਜ਼ ਕਰਨੀਆਂ ਪੈਂਦੀਆਂ ਨੇ, ਸਰਕਾਰ ਨੂੰ ਕੀ ਮੰਗ ਕਰਦੇ ਹੋ? ਸਰਕਾਰ ਦਾ, ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸਾਡੇ ਕੋਲ ਆਇਆ, ਕਿਸੇ ਤਰ੍ਹਾਂ ਦੀ ਸਾਨੂੰ ਮਦਦ ਨਹੀਂ ਦਿੱਤੀ, ਕੋਈ ਪੁੱਛੀ ਤਰ੍ਹਾਂ ਪੁੱਛਿਆ ਨਹੀਂ, ਕਾਗਜ਼ ਕਾਰਵਾਈ ਬਹੁਤ ਹੁੰਦੀ ਹੈ, DC ਸਾਹਿਬ ਨੂੰ ਬੇਨਤੀ ਕਰਨ ਜਾਂ DC ਸਾਹਿਬ ਸਾਡੇ ਕੋਲ ਆਉਣ, ਸਾਨੂੰ ਪੁੱਛਣ, ਸਾਡੀ ਸਾਰੀ ਡਾਕੂਮੈਂਟ ਸਾਡੀ ਕਰਵਾ ਕੇ ਸਾਨੂੰ ਡੈੱਡ ਬੋਡੀ ਜਿੰਨੀ ਛੇਤੀ ਜੋ ਸਾਡੀ ਹੈਲਪ ਕੀਤੀ ਜਾਵੇ, ਸਾਨੂੰ ਡੈੱਡ ਬੋਡੀ ਸਾਡੀ ਇੰਡੀਆ ਪਹੁੰਚਾਈ ਜਾਵੇ, ਉਹਨੂੰ ਦੇਖ ਤਾਂ ਲਈ ਹਾਂ ਅਸੀਂ, ਅਸੀਂ ਹੁਣ ਤੋਰਿਆ, ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੀ ਵੱਧ ਤੋਂ ਹੈਲਪ ਕੀਤੀ ਜਾਵੇ, ਸਾਡੀ ਡੈੱਡ ਬੋਡੀ ਸਾਡੇ ਭਤੀਜੇ ਨੂੰ ਸਾਨੂੰ ਮਿਲਾਇਆ ਜਾਵੇ, ਸਾਨੂੰ ਉਰੇ ਭੇਜਿਆ ਜਾਵੇ, ਬਸ ਇਹੀ ਸਰਕਾਰ ਅੱਗੇ ਅਪੀਲ ਕਰਨਾ ਚਾਹਾਂਗੇ। ਤਾਂ ਪਰਿਵਾਰ ਵੱਲੋਂ ਇੱਕ ਗੁਜ਼ਾਰਿਸ਼ ਹੈ ਸਰਕਾਰ ਨੂੰ, ਤਾਂ ਮੀਡੀਆ ਅਦਾਰਿਆਂ ਵੱਲੋਂ ਵੀ ਇਹੀ ਗੁਜ਼ਾਰਿਸ਼ ਹੋ ਰਹੀ ਹੈ ਸਰਕਾਰ ਨੂੰ ਕਿ ਲਾਸਟ ਕਿ ਜਾਂਦੇ ਜਾਂਦੇ ਚਲੋ ਨੌਜਵਾਨ ਤਾਂ ਨਹੀਂ ਰਿਹਾ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਪਰ ਉਸਦੇ ਜਿਹੜੇ ਮਾਤਾ ਜੀ ਅਤੇ ਉਸਦੇ ਪਰਿਵਾਰਕ ਮੈਂਬਰ ਨੇ ਉਹ ਹਰ ਚੀਜ਼ ਦਾ ਲਾਸਟ ਵਾਰ ਇੱਕ ਵਾਰ ਚਿਹਰਾ ਦੇਖਣਾ ਚਾਹੁੰਦੇ ਨੇ, ਤਾਂ ਪਰਿਵਾਰ ਵੱਲੋਂ ਲਗਾਤਾਰ ਪਟਿਆਲਾ ਦੇ DC, ਪਟਿਆਲਾ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹਨਾਂ ਵੱਲੋਂ ਬੇਨਤੀ ਹੈ ਕਿ ਹਰ ਅਸੀਜ਼ ਦੀ ਡੈੱਡ ਬੋਡੀ ਹੈ ਜਿਹੜੀ ਉਹ ਪੰਜਾਬ ਜ਼ਰੂਰ ਲਿਆਂਦੀ ਜਾਵੇ। ਭਸੀਨ ਸਾਹਿਬ ਨੇ, ਭਸੀਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ, ਤੁਹਾਡੇ ਕੋਲੋਂ ਕੀ ਬੇਨਤੀ ਹੈ ਪ੍ਰਸ਼ਾਸਨ? ਇਹੀ ਗੁਜ਼ਾਰਿਸ਼ ਹੈ ਕਿ ਬੱਚੇ, ਅੱਜ ਕੱਲ੍ਹ ਜਵਾਨ ਬੱਚੇ ਬਾਹਰ ਜਾ ਰਹੇ ਨੇ, ਉਹਨਾਂ ਨੂੰ ਇੱਥੇ ਰੱਖਿਆ ਜਾਏ, ਕਿਉਂਕਿ ਇੱਥੇ ਤਨਖਾਹ ਬੱਚੇ ਨੂੰ ਬਹੁਤ ਘੱਟ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਮੇਰੀ ਗੁਜ਼ਾਰਿਸ਼ ਹੈ ਕਿ ਸਾਡਾ ਬੱਚਾ ਇੱਥੇ ਬੁਲਾਇਆ ਜਾਏ, ਔਰ ਜੋ ਪਾਰਥਿਵ ਸ਼ਰੀਰ ਉਹਦੀ ਅਸੀਂ ਆਪਣਾ ਕਿਰਿਆਕ੍ਰਮ ਕਰੀਏ ਪੂਰਾ। ਬਿਲਕੁਲ, ਸਾਰੇ ਪਰਿਵਾਰ ਵੱਲੋਂ ਇੱਕੋ ਹੀ ਜਿਹੜਾ ਤਰ੍ਹਾਂ ਦੀ ਬੇਨਤੀ ਹੈ ਕਿ ਉਸਦਾ ਪਾਰਥਿਵ ਸਰੀਰ ਘਰ ਲਿਆਂਦਾ ਜਾਵੇ। ਤੁਹਾਡਾ ਕੀ ਨਾਮ ਹੈ? ਮਨਜੀਤ ਸਿੰਘ। ਤੁਸੀਂ ਕੀ ਲੱਗਦੇ ਹੋ ਜੀ? ਉਹਨਾਂ ਦਾ ਭਤੀਜਾ ਸੀ ਜੀ, ਮੇਰਾ ਵੀ ਭਤੀਜਾ ਹੀ ਸੀ। ਮੈਂ ਤਾਂ ਇਹੀ ਕਹਾਂਗਾ ਸਾਡੀ ਸਰਕਾਰ ਨੂੰ ਇਸ ਵੱਲ 54 ਧਿਆਨ ਦੇਣਾ ਚਾਹੀਦਾ, ਉਚੇਚਾ ਧਿਆਨ ਦੇਣਾ ਚਾਹੀਦਾ। ਸਾਡੇ ਪੰਜਾਬ ਦੀ ਜਿੰਨੀ ਜਵਾਨੀ ਹੈ, ਜਿੰਨੀ ਕਰੀਮ ਹੈ, ਜਿੰਨੀ ਬੁੱਧੀਮਾਨ ਨੇ, ਸਾਰੇ ਬਾਹਰ ਜਾ ਰਹੇ ਨੇ, ਦੂਜੀਆਂ ਕੰਟਰੀਆਂ ਸਾਡੇ ਬੱਚਿਆਂ ਦਾ ਐਡਵਾਂਟੇਜ ਲੈ ਰਹੀਆਂ ਨੇ, ਔਰ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੂੰ ਡਿਸਐਡਵਾਂਟੇਜ ਦਿੱਤਾ ਜਾਂਦਾ। ਸੋ ਸਰਕਾਰ ਅੱਗੇ ਪੁਰਜ਼ੋਰ ਬੇਨਤੀ ਹੈ, ਕੋਈ ਅਜਿਹੇ ਵਸੀਲੇ ਬਣਾਓ, ਕੋਈ ਇਹੋ ਜਿਹੇ ਪ੍ਰਬੰਧ ਕਰੋ ਜਿਹੜਾ ਕਿ ਬੱਚਾ ਬਾਹਰ ਜਾਵੇ ਹੀ ਨਾ, ਨਾਲੇ ਸਾਡੇ ਪੰਜਾਬ ਦੀ ਤਰੱਕੀ ਹੋਵੇ, ਸਾਡੇ ਸਾਡੇ ਬੱਚਿਆਂ ਦੀ ਤਰੱਕੀ ਹੋਵੇ, ਨਾਲੇ ਸਾਡੇ ਪੰਜਾਬ ਦਾ ਨਾਂ ਉੱਚਾ ਹੋਵੇ। ਦੇਖਣ ਦੇ ਵਿੱਚ ਆਇਆ ਪਿਛਲੇ ਨਾ ਲੰਬੇ ਸਮੇਂ ਤੋਂ, ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਨੇ, ਬਹੁਤ ਜਿਹੜੇ ਨੌਜਵਾਨ ਨੇ ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ ਹਾਰਟ ਅਟੈਕ ਦੇ ਨਾਲ ਹੀ ਜਿਹੜੀਆਂ ਉਹਨਾਂ ਦੀ ਡੈਥਸ ਹੋ ਰਹੀਆਂ ਨੇ। ਗੱਲ ਇਹ ਵੀ ਇੱਥੋਂ ਦਾ ਐਟਮੋਸਫੀਅਰ ਜਿਹੜਾ, ਉੱਥੋਂ ਦਾ ਐਟਮੋਸਫੀਅਰ ਇੱਕਦਮ ਤਾਂ ਬੱਚਾ ਅਬਜ਼ਰਵ ਕਰ ਨਹੀਂ ਸਕਦਾ, ਕਿਉਂਕਿ ਉੱਥੇ ਦਾ ਮੌਸਮ ਜਿਹੜਾ ਵਾ ਉਹਦੇ ਅੱਜ ਦੇ ਮੁਤਾਬਕ, ਅੱਜ ਦੇ ਮੌਸਮ ਦੇ, ਪੰਜਾਬ ਦੇ ਮੌਸਮ ਨਾਲ ਉੱਥੋਂ ਦੇ ਮੌਸਮ ਨੂੰ ਅਸੀਂ ਕੰਪੇਅਰ ਹੀ ਨਹੀਂ ਕਰ ਸਕਦੇ। ਕੋਈ ਬੱਚੇ ਜਾ ਕੇ ਐਡਜਸਟ ਕਰ ਲਏ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਸੈੱਟ ਸਟਰੋਂਗ ਹੁੰਦੇ ਆ, ਅਦਰਵਾਈਜ਼ ਉੱਥੇ ਜਾ ਕੇ ਆਪਣੇ ਨੂੰ ਸੈੱਟ ਕਰਨਾ ਟੂ ਮਚ ਡਿਫੀਕਲਟ ਫਾਰ ਦੀ ਪਰਸਨ। ਜਿਹੜਾ ਮੌਸਮ ਦਾ ਕਾਫੀ ਅੰਤਰ ਪੈ ਗਿਆ, ਬਹੁਤ ਅੰਤਰ ਹੈ, ਯੂ ਨੋ ਵੈਰੀ ਵੈਲ, ਕਿਉਂਕਿ ਅਦਰ ਕੰਟਰੀ ਦਾ ਹੁਣ ਸਾਡੇ 9 ਘੰਟੇ ਦਾ ਕੈਨੇਡਾ ਦਾ ਫਰਕ ਹੈ, 10 ਘੰਟੇ ਦਾ,
ਜਦੋਂ 10 ਘੰਟੇ ਦਾ ਫਰਕ ਆ ਤਾਂ ਨੈਚੁਰਲੀ ਹਰ ਚੀਜ਼ ਦੇ ਵਿੱਚ ਫਰਕ ਹੋਵੇਗਾ, ਕਲਾਈਮੇਟ 'ਚ ਵੀ ਫਰਕ ਹੋਵੇਗਾ, ਐਟਮੋਸਫੀਅਰ 'ਚ ਵੀ ਫਰਕ ਹੋਵੇਗਾ, ਖਾਣ ਪੀਣ ਦੀਆਂ ਚੀਜ਼ਾਂ 'ਚ ਤਾਂ ਫਰਕ ਹੋਣਾ ਹੀ ਹੋਣਾ। ਸੋ ਇੱਕਦਮ ਤਾਂ ਬੱਚਾ ਜਾ ਕੇ ਤਾਂ ਐਡਜਸਟ ਹੁੰਦਾ ਨਹੀਂ, ਟੂ ਮੱਚ ਵੀ ਟਾਈਮ, ਉਹ ਟਾਈਮ ਦੇ ਨਾਲ ਹੀ ਉਹ ਬੱਚਾ ਆਪਣੇ ਆਪ ਨੂੰ ਨਹੀਂ ਐਡਜਸਟ ਕਰ ਸਕਿਆ। ਹਾਂ ਬਿਲਕੁਲ, ਜਿਹੜਾ ਕਹਿੰਦੇ ਵੀ ਮੌਸਮ ਦੇ ਕਾਰਨ ਜਾਂ ਹੋਰ ਕਈ ਐਸੇ ਹਾਲਾਤ ਬਣ ਜਾਂਦੇ ਨੇ, ਕਿਉਂਕਿ 25 ਸਾਲ ਦਾ ਸੀ ਸਿਰਫ ਹਰਸ਼ੀਤ ਸਿੰਘ ਔਰ ਬੜੇ ਸੁਪਨੇ ਲੈ ਕੇ 26 ਤਾਰੀਕ ਜਦੋਂ ਇੱਥੋਂ ਰਵਾਨਾ ਹੁੰਦਾ ਹੈ ਤਾਂ ਇੱਥੇ ਰਵਾਨਾ ਹੋਣ ਤੋਂ ਪਹਿਲਾਂ ਹਰ ਅਸੀਸ ਦੇ ਬੜੇ ਸੁਪਨੇ ਸਨ ਕਿ ਕੈਨੇਡਾ ਦੀ ਧਰਤੀ 'ਤੇ ਜਾ ਕੇ ਵਰਕ ਕਰਾਂਗੇ, ਕਿਉਂਕਿ ਜਿਵੇਂ ਉਹਨਾਂ ਦੇ ਚਾਚਾ ਜੀ ਨੇ ਦੱਸਿਆ ਕਿ ਇੱਥੇ ਜੇ ਕੋਈ ਨੌਕਰੀ ਮਿਲਦੀ ਸੀ ਤਾਂ ਉਹ 10,000 ਤੋਂ ਵੱਧ ਕਮਾਈ ਵਾਲੀ ਕੋਈ ਵੀ ਨੌਕਰੀ ਪੰਜਾਬ ਦੇ ਵਿੱਚ ਨਹੀਂ ਮਿਲਦੀ ਸੀ, ਕਿਉਂਕਿ ਅੱਜ ਕੱਲ੍ਹ ਤਾਂ ਹੀ ਜਿਹੜੀ ਨੌਜਵਾਨੀ ਆ ਉਹ ਕਹਿ ਲਈਏ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਨੂੰ ਮੂਵ ਹੋ ਰਹੀ ਹੈ, ਕਿਉਂਕਿ ਹਰੇਕ ਨੂੰ ਹੁੰਦਾ ਕਿ ਜਿਹੜਾ ਆਉਣ ਵਾਲਾ ਫਿਊਚਰ ਹੈ ਸਾਡਾ ਹੋਰ ਬਿਹਤਰ ਹੋ ਸਕੇ, ਜਿਸ ਨੂੰ ਲੈ ਕੇ ਪੰਜਾਬ ਦੀ ਨੌਜਵਾਨੀ ਲਗਾਤਾਰ ਬਾਹਰ ਵੱਲ ਨੂੰ ਜਾ ਰਹੀ ਹੈ, ਤਾਂ ਇਸ ਦੇ ਉੱਤੇ ਸਰਕਾਰ ਨੂੰ ਵੀ ਮੰਥਨ ਕਰਨ ਦੀ ਲੋੜ ਹੈ, ਕਿਉਂਕਿ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਨਾਲ ਨਾਲ ਕਿ ਸਰਕਾਰ ਨੂੰ ਇਸ ਗੱਲ 'ਤੇ ਮੰਥਨ ਜ਼ਰੂਰ ਕਰਨ ਦੀ ਲੋੜ ਹੈ ਕਿ ਆਉਣ ਵਾਲਾ ਭਵਿੱਖ ਸਾਡੇ ਪੰਜਾਬੀਆਂ ਦਾ, ਪੰਜਾਬੀ ਨੌਜਵਾਨਾਂ ਦਾ ਆਖਰ ਕਿਸ ਤਰ੍ਹਾਂ ਦਾ ਹੋਏਗਾ, ਕਿਉਂਕਿ ਲਗਾਤਾਰ ਕਹਿ ਲਈਏ ਵੀ ਆਈਲੈਟਸ ਔਰ ਸਟੱਡੀ ਵੀਜ਼ੇ ਔਰ PR ਦੇ ਨਾਮ 'ਤੇ ਲਗਾਤਾਰ ਪੰਜਾਬ ਦੀ ਜਿਹੜੇ ਨੌਜਵਾਨੀ ਉਹ ਲਗਾਤਾਰ ਬਾਹਰ ਵੱਲ ਮੂਵ ਕਰਦੀ ਨਜ਼ਰ ਆ ਰਹੀ ਹੈ। ਜਵਾਨੀ ਵੀ ਅਤੇ ਇਕੋਨਮੀ ਵੀ ਨਾਲ ਜਾ ਰਹੀ ਹੈ, ਜਵਾਨੀ ਤਾਂ ਜਾਣੀ ਹੈ, ਜਿਹੜੀ ਇਕੋਨਮੀ ਜਾ ਰਹੀ ਨਾਲ, ਅਗਰ ਉਹੀ ਇਕੋਨਮੀ ਸਾਡੇ ਇੱਥੇ ਇਨਵੈਸਟਮੈਂਟ ਹੋਵੇ, ਉਹੀ ਇਕੋਨਮੀ ਇੱਥੇ ਵਰਤੀ ਜਾਵੇ ਅਤੇ ਕਿਤੇ ਤੋਂ ਕਿਤੇ ਪੰਜਾਬ ਜਾਂਦਾ ਵਾ। ਸਰਕਾਰਾਂ ਦੀਆਂ ਮਨਸਾਂ ਜਿਹੜੀਆਂ ਨੇ ਸਭ ਕੁਝ ਹੋ ਸਕਦਾ, ਸਰਕਾਰ ਕੋਈ ਇਹ ਨਹੀਂ ਵੀ ਸਰਕਾਰ ਨੂੰ ਪਤਾ ਨਹੀਂ ਗਾ ਬੱਚਿਆਂ ਨੂੰ ਕਿਵੇਂ ਐਡਜਸਟ ਕਰਨਾ। ਹਾਈ ਐਜੂਕੇਸ਼ਨ ਦੇਖੋ ਕਿੰਨੇ ਟੈਕਨੀਕਲ ਮੈਡੀਕਲ ਕਾਲਜ ਕੀ ਹਾਲ ਹੈ, ਕੋਈ ਉਹਦੇ ਵਿੱਚ ਕੋਈ ਸੀਟ ਲੈਂਦਾ ਹੀ ਨਹੀਂ ਗਾ, ਕਿਉਂਕਿ ਉਹਨਾਂ ਨੂੰ ਪਤਾ ਵੀ ਇੰਨਾ ਪੈਸਾ ਲਾ ਕੇ ਗਾ ਫਿਊਚਰ ਹੀ ਹੈ ਨਹੀਂ ਗਾ। 40-50 ਲੱਖ ਤੋਂ ਘੱਟ ਤਾਂ ਕਿਸੇ ਵੀ ਡਿਗਰੀ ਕੋਰਸ ਦੇ ਵਿੱਚ ਪੈਸਾ ਖਰਚ ਹੁੰਦਾ, ਅਤੇ ਜਾ ਕੇ ਮਿਲਦਾ ਕਿ 5,000-7,000। ਸਭ ਤੋਂ ਵੱਡਾ ਕਾਲਜ ਹੈ ਅਤੇ ਥਾਪਰ ਕਾਲਜ ਇੰਜੀਨੀਅਰਿੰਗ ਦਾ, ਜਦੋਂ ਮੈਂ ਪੜ੍ਹਦਾ ਹੁੰਦਾ ਸੀ ਮੈਨੂੰ ਵੀ ਯਾਦ ਹੈ, ਅਸੀਂ ਜਦੋਂ ਪੇਪਰ ਦੇਣਾ ਸੀਗਾ ਤਾਂ ਸਾਡਾ ਰੈਂਕ 56-57 ਨੰਬਰ 'ਤੇ ਆਇਆ ਸੀ ਅਤੇ ਕੁਰਸ਼ੇਤਰ ਯੂਨੀਵਰਸਿਟੀ ਐਡਮਿਸ਼ਨ ਮਿਲਣੀ ਸੀਗੀ, ਇੱਥੇ ਮਿਲਦੀ ਨਹੀਂ ਸੀ ਐਡਮਿਸ਼ਨ, ਔਰ ਅੱਜ ਥਾਪਰ ਦੇ ਵਿੱਚ ਵੀ ਸੀਟਾਂ ਬਹੁਤ ਮਿਲ ਜਾਂਦੀਆਂ ਨੇ ਆਰਾਮ ਨਾਲ ਔਰ ਖਾਲੀ ਪਈਆਂ ਨੇ। ਸਾਰਾ ਪੰਜਾਬ ਹੀ ਖਾਲੀ ਪਿਆ, ਜਿੰਨਾ ਟੈਕਨੀਕਲ ਕਾਲਜ ਰਾਜਪੁਰਾ ਰੋਡ, ਬਨੂਰ ਰੋਡ 'ਤੇ ਹੈ, ਇੱਧਰ ਉੱਧਰ ਜਿੱਧਰ ਵੀ ਹੈ, ਤੁਸੀਂ ਜਿੱਥੇ ਮਰਜ਼ੀ ਜਿਹੀ ਸੀਟ ਲੈ ਲਓ, ਲੇਕਿਨ ਕੋਈ ਲੈਂਦਾ ਹੀ ਨਹੀਂ ਗਾ, ਪਤਾ ਵੀ ਬੱਚਾ ਇੰਨਾ ਪੈਸਾ ਲਾ ਕੇ ਮਿਲਣਾ ਕੀ ਹੈ, ਆਖਿਰ ਇੰਨਾ ਪੈਸਾ ਜੇ ਇੱਥੇ ਖਰਚ ਕਰਨਾ, ਉਹੀ ਪੈਸਾ ਅਗਲਾ ਬਚਾ ਕੇ ਤਾਂ ਉੱਧਰ ਨਿਕਲ ਜਾਂਦਾ, ਉੱਥੇ ਜਾ ਕੇ ਆਪਣਾ ਕੋਈ ਸੈਟਲ ਹੋ ਜਾਂਦਾ। ਸਾਡੀਆਂ ਸਰਕਾਰਾਂ ਨੂੰ ਸਾਡੀਆਂ ਸਰਕਾਰ ਕੀ ਕਹਿਣਾ ਜੀ, ਗੇਟ 'ਚ ਪਲੱਸ ਟੂ ਕਰਨ ਤੋਂ ਬਾਅਦ ਬੱਚੇ ਮੈਕਸੀਮਮ ਬਾਹਰ ਜਾ ਰਹੇ ਨੇ, ਉਹ ਕਹਿੰਦੇ ਕਿਸੇ ਹਾਈ ਕੁਆਲੀਫਿਕੇਸ਼ਨ ਕਿਉਂ ਕਰੀਏ ਅਸੀਂ, ਬਾਹਰ ਜਾ ਕੰਮ ਕਰਾਂਗੇ ਕੋਈ 4 ਪੈਸੇ ਕਮਾਓਗੇ, ਇੱਥੇ ਕੁਛ ਨਹੀਂ ਮਿਲਦਾ, ਚਾਹੇ ਤੁਸੀਂ MA ਕਰ ਲਓ, ਚਾਹੇ MD ਕਰ ਲਓ, ਅਤੇ ਚਾਹੇ MBA ਕਰ ਲਓ, ਪੈਸੇ ਉਹੀ 10-15 ਹਜ਼ਾਰ ਮਿਲਦਾ, ਉਸ ਤੋਂ ਜ਼ਿਆਦਾ ਨਹੀਂ ਮਿਲਦਾ। ਬਿਲਕੁਲ, ਤਾਂ ਪਰਿਵਾਰ ਦੇ ਵੀ ਸਰੋਚ ਵੀ ਹੈ ਕਿ ਜੇ ਪੰਜਾਬ ਦੇ ਵਿੱਚ ਕੋਈ ਓਪਰਚੁਨਿਟੀ ਹੁੰਦੀ ਤਾਂ ਅੱਜ ਹਰ ਅਸੀਸ ਵੀ ਬਾਹਰ ਜਾਣ ਦੀ ਬਜਾਏ ਆਪਣੇ ਮਾਪਿਆਂ ਦੇ ਕੋਲ ਇੱਥੇ ਹੁੰਦਾ, ਇੱਥੇ ਰਹਿ ਕੇ ਕੰਮ ਕਰਦਾ। ਤਾਂ ਬਾਕੀ ਅਪਡੇਟਸ ਲਈ ਜੁੜੇ ਰਹੋ ਔਨ ਏਅਰ ਦੇ ਨਾਲ, ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਪਰਵਿੰਦਰ ਸਿੰਘ ਚੱਡਾ, ਔਨ ਏਅਰ ਪਟਿਆਲਾ।